ਡਾਕਟਰ, ਮੇਰਾ ਨਾਮ ਸੁਖਬੀਰ ਕੌਰ, ਵਾਰਡ ਨੰਬਰ 45 ਤੋਂ ਮੈਂ ਆਮ ਆਦਮੀ ਪਾਰਟੀ ਵੱਲੋਂ ਇੱਧਰੋਂ ਲੜ ਰਹੀ ਹਾਂ ਚੋਣ। ਅਤੇ ਸਾਡੀ ਵਾਰਡ ਦੀ ਪਿਛਲੇ ਦਿਨਾਂ ਤੋਂ ਜੋ ਮੈਂ ਸੁਣ ਰਹੀ ਹੈ, ਜੋ ਚਰਚਾ ਵਿੱਚ ਹੈਗੀ ਆ, ਖੁਦ ਦੂਜੀਆਂ ਪਾਰਟੀਆਂ ਦੇ ਜਿਹੜੇ ਸਾਡੇ ਸੂਝਵਾਨ ਅਤੇ ਨੌਜਵਾਨ ਆ ਜਾਂ ਬੀਬੀਆਂ ਭੈਣਾਂ ਵਾ, ਖੁਦ ਸਾਡੇ ਘਰ ਆ ਕੇ ਇਹ ਕਹਿ ਰਹੀਆਂ ਸੀਗੀਆਂ ਕਿ ਇੱਥੇ ਪਾਣੀ ਦੀ ਸਮੱਸਿਆ ਜਿਹੜੀ ਮੁੱਖ ਹੈਗੀ ਆ, ਜਿਹੜਾ ਪੀਣ ਵਾਲਾ ਪਾਣੀ ਹੈਗਾ ਵਾ ਉਹਨਾਂ ਦਾ, ਬਹੁਤ ਹੀ ਗੰਦਾ ਪਾਣੀ ਆ ਰਿਹਾ ਸਾਰਿਆਂ ਦੇ ਘਰਾਂ ਵਿੱਚ। ਅਤੇ ਉਹ ਕਹਿੰਦੇ ਅਸੀਂ ਇਹਨਾਂ ਨੂੰ ਸਹੀ ਕਰਨ ਲਈ, ਸਹੀ ਕਰਵਾਉਣ ਲਈ ਬੜੇ ਉਪਰਾਲੇ ਵੀ ਕਰ ਰਹੇ ਹਾਂ, ਪਰ ਕੋਈ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਅਤੇ ਮੈਂ ਤਾਂ ਉਹਨਾਂ ਨੂੰ ਇਹੀ ਭਰੋਸਾ ਦਵਾਇਆ, ਆਪਣੀ ਵਾਰਡ ਦੇ ਸਾਰੇ ਸੂਝਵਾਨ ਅਤੇ ਮੇਰੇ ਜਿੰਨੇ ਵੀ ਭੈਣ ਭਰਾ ਵਾ ਉਹਨਾਂ ਨੂੰ ਇਹੀ ਮੈਂ ਬੇਨਤੀ ਕੀਤੀ ਆ ਕਿ ਜੇ ਮੈਨੂੰ ਇਸ ਵਾਰ ਤੁਸੀਂ ਮੌਕਾ ਦਿੰਦੇ ਜੇ ਤਾਂ ਮੈਂ ਤੁਹਾਡੇ ਵਾਅਦਿਆਂ 'ਤੇ ਪੂਰਾ ਉਤਰਾਂਗੀ, ਜੋ ਤੁਹਾਡੀਆਂ ਸਮੱਸਿਆਵਾਂ ਵਾਰਡ ਦੀਆਂ ਮੈਂ ਪਹਿਲ ਦੇ ਆਧਾਰ 'ਤੇ ਉਹਨਾਂ ਦੀਆਂ ਪੂਰੀਆਂ ਕਰਾਂਗੀ। ਕੀ ਤੁਸੀਂ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਹੋ ਕਾਰਪੋਰੇਸ਼ਨ ਦੀ, ਕੀ ਤੁਸੀਂ ਇਲਾਕਾ ਵਾਸੀਆਂ ਨੂੰ ਭਰੋਸਾ ਦੇ ਰਹੇ ਹੋ? ਮੈਂ ਇਲੈਕਸ਼ਨ ਚਾਹੇ ਪਹਿਲੀ ਵਾਰੀ ਲੜ ਰਹੀ ਹਾਂ, ਪਰ ਜਿਹੜੀਆਂ ਸਾਡੀਆਂ ਮੁਸ਼ਕਲਾਂ ਵਾ ਰੋਜ਼ਾਨਾ ਦਿਨ ਵਿੱਚ ਜਿਹੜੀਆਂ ਸਾਨੂੰ ਆਉਂਦੀਆਂ ਵਾ, ਸੀਵਰੇਜ ਦੀ ਪ੍ਰੋਬਲਮ ਆਉਂਦੀ ਆ, ਲਾਈਟਸ ਦੀ ਪ੍ਰੋਬਲਮ ਆਉਂਦੀ ਆ, ਫਿਰ ਸਾਡੇ ਗੰਦੇ ਪਾਣੀ ਦੀ ਪ੍ਰੋਬਲਮ ਆਉਂਦੀ ਆ, ਇਹ ਚੀਜ਼ਾਂ ਨੂੰ ਦੇਖਦੇ ਹੋਏ ਹੀ ਮੈਂ ਇਸ ਮੈਦਾਨ ਵਿੱਚ ਉਤਰੀ ਹਾਂ। ਕਿਉਂਕਿ ਜਦੋਂ ਲੋਕਾਂ ਦੀਆਂ ਸੁਣਵਾਈਆਂ ਨਹੀਂ ਹੁੰਦੀਆਂ, ਫਿਰ ਉਹ ਕਹਿੰਦੇ ਆ ਵੀ ਕੋਈ ਤਾਂ ਖੜਾ ਹੋਵੇ, ਕੋਈ ਤਾਂ ਸਾਡੀਆਂ ਗੱਲਾਂ ਨੂੰ ਸੁਣੇ। ਮੈਂ ਉਹਨਾਂ ਭੈਣ ਭਰਾਵਾਂ ਲਈ ਇਸ ਮੈਦਾਨ 'ਤੇ ਉਤਰੀ ਹਾਂ ਕਿ ਜਦ ਮੈਂ ਲੜਨ ਨੂੰ ਤਿਆਰ ਹਾਂ ਇਹਨਾਂ ਕਰਪਟ ਲੋਕਾਂ ਨਾਲ, ਤਾਂ ਤੁਸੀਂ ਮੇਰਾ ਸਿਰਫ, ਮੈਂ ਤੁਹਾਡੇ ਕੋਲ ਸਾਥ ਹੀ ਚਾਹੁੰਦੀ ਹਾਂ। ਮੈਂ ਤੁਹਾਡੀਆਂ ਸਾਰੀਆਂ ਮੁਸ਼ਕਲਾਂ, ਜੇ ਤੁਸੀਂ ਮੈਨੂੰ ਮੇਰਾ ਸਾਥ ਦਿੰਦੇ ਜੇ, ਮੈਂ ਤੁਹਾਡਾ ਵਾਅਦਾ ਕਰਦੀ ਹਾਂ, ਭਰੋਸਾ ਦਵਾਉਂਦੀ ਹਾਂ ਕਿ ਤੁਹਾਡੇ ਸਾਰੇ ਹੀ ਜੋ ਤੁਸੀਂ ਮੇਰੇ ਤੋਂ ਉਮੀਦ ਕਰਦੇ ਜੇ ਕੰਮ, ਮੈਂ ਤੁਹਾਡੇ ਸਾਰੇ ਕੰਮ ਕਰਾਂਗੀ। ਹਾਂਜੀ, ਅਤੇ ਇੱਕ ਜਿਹੜੀ ਪ੍ਰੋਬਲਮ ਪਿਛਲੀ ਵਾਰੀ ਸਾਡੇ ਜਿਹੜੇ ਗਲੀ ਮੁਹੱਲੇ ਦੇ ਆ, ਸਭ ਨੇ ਇਹ ਕਿਹਾ ਵੀ ਜੇ ਅਸੀਂ ਕਾਂਗਰਸ ਨੂੰ ਮੌਕਾ ਦਿੱਤਾ ਵਾ ਅਤੇ ਕਾਂਗਰਸ ਨੇ ਉਹਨਾਂ ਦਾ ਕੋਈ ਵੀ ਅੱਜ ਕੰਮ ਨਹੀਂ ਸਵਾਰਿਆ। ਕਹਿੰਦੇ ਸੀ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ, ਉਹ ਵੀ ਨਹੀਂ ਮਿਲੀਆਂ ਉਹਨਾਂ ਨੂੰ। ਕਹਿੰਦੇ ਸੀ ਕਿ ਅਸੀਂ ਪੈਨਸ਼ਨ ਦੇਵਾਂਗੇ ਜੀ, ਪੈਨਸ਼ਨ ਵੀ ਨਹੀਂ ਮਿਲੀ ਜਿਹੜੀ ਆਉਂਦੀ ਸੀ ਪਹਿਲਾਂ, ਸਗੋਂ ਉਹ ਵੀ ਬੰਦ ਕਰ ਦਿੱਤੀ ਗਈ। ਫਿਰ ਉਹਨਾਂ ਨੇ ਮੋਬਾਈਲ ਫੋਨਾਂ ਦੇ ਲਾਰੇ ਦੇ ਤੇ ਵੱਡੇ ਵੱਡੇ ਵਾਅਦੇ ਕਰਤੇ ਕਿ ਅਸੀਂ ਤੁਹਾਨੂੰ ਮੋਬਾਈਲ ਫੋਨ ਦੇਵਾਂਗੇ, ਮੋਬਾਈਲ ਫੋਨ ਵੀ ਨਹੀਂ ਦਿੱਤੇ। ਮਤਲਬ ਜਿੰਨੇ ਵੀ ਇਹ ਵਾਅਦੇ ਕੀਤੇ ਸੀ ਇਹਨਾਂ ਨੇ, ਤੁਸੀਂ ਅੱਜ ਨੋਟ ਕਰ ਲਓ, ਜਿਹੜੇ ਇਹਨਾਂ ਨੇ ਆਪਣੇ ਮੈਨੀਫੈਸਟੋ ਵਿੱਚ ਜਾਰੀ ਕੀਤੇ ਸੀਗੇ, ਇੱਕ ਵੀ ਵਾਅਦਾ ਕੋਈ ਪੂਰਾ ਕੀਤਾ ਹੋਵੇ ਤਾਂ ਦੱਸੋ। ਮੈਂ ਇੱਥੇ ਖੜੀ ਹਾਂ, ਕੋਈ ਵਾਅਦਾ ਉਹਨਾਂ ਨੇ ਪੂਰਾ ਨਹੀਂ ਜੇ ਕੀਤਾ, ਹੁਣ ਵੀ ਇਹਨਾਂ ਨੇ ਤੁਹਾਨੂੰ ਵਾਅਦਿਆਂ ਦੀਆਂ ਲੜੀਆਂ ਲਾ ਦੇਣੀਆਂ ਕਿ ਅਸੀਂ ਇਹ ਕਰਾਂਗੇ ਉਹ ਕਰਾਂਗੇ, ਵਾਅਦੇ ਤੁਹਾਡੇ ਨਾਲ ਵੱਡੇ ਵੱਡੇ ਕਰਨੇ ਆ। ਪਰ ਮੈਂ ਸੁਖਬੀਰ ਕੌਰ ਆਮ ਆਦਮੀ ਪਾਰਟੀ ਤੋਂ, ਮੈਂ ਤੁਹਾਡੇ ਨਾਲ ਵਾਅਦੇ ਜਿਹੜੇ ਕਰਾਂਗੀ, ਮੈਂ ਤੁਹਾਨੂੰ ਵਿਸ਼ਵਾਸ ਦਵਾਉਂਦੀ ਹਾਂ ਕਿ ਤੁਹਾਡੇ ਵਾਅਦੇ ਪੂਰੇ ਵੀ ਕਰਾਂਗੀ, ਪਰ ਮੈਂ ਝੂਠੇ ਲਾਰੇ ਨਹੀਂ ਲਾਵਾਂਗੀ। ਹਾਂ।